पंजाब ते हरियाणा हाईकोर्ट ने पंजाब सरकार नू फटकार लाई है। ए फटकार लाई है लॉरेंस बिश्नोई केस विच। पंजाब ते हरियाणा हाईकोर्ट ने क्यों फटकार लाई, सारा केस जानते हैं। पंजाब ते हरियाणा हाईकोर्ट ने पंजाब सरकार नू फटकार लाई है। हाईकोर्ट ने पंजाब सरकार नू पुछया कि पंजाब पुलिस का वह अधिकारी जिहड़ा कि CIA विच तैनात सी ते लॉरेंस बिश्नोई दे इंटरव्यू दौरान जेल विच सीगा, ਉਹਨੂੰ ਰਿਟਾਇਰਮੈਂਟ ਤੋਂ ਬਾਅਦ ਐਕਸਟੈਂਸ਼ਨ ਕਿਉਂ ਦਿੱਤਾ ਗਿਆ। ਤੁਹਾਨੂੰ ਇਹ ਦੱਸ ਦਈਏ ਕਿ ਬਿਸ਼ਨੋਈ ਨੂੰ CIA ਸਟਾਫ ਖਰੜ ਦੇ ਪਰਿਸਰ ਵਿੱਚ ਲੰਬੇ ਸਮੇਂ ਤੱਕ ਰੱਖਿਆ ਗਿਆ ਸੀ। ਉਸਨੂੰ ਉੱਥੇ ਰੱਖਣ ਲਈ ਬਾਰ ਬਾਰ ਰਿਮਾਂਡ 'ਤੇ ਵੀ ਲਿਆ ਗਿਆ ਸੀ। ਇੱਥੇ ਦੇਖਣ ਦੀ ਲੋੜ ਹੈ ਕਿ ਇਹ ਸਭ ਕੁਝ ਕਿਸੇ ਵੱਖ ਕਾਰਨਵਸ਼ ਕੀਤਾ ਗਿਆ ਸੀ ਜਾਂ ਕਾਰਨ ਓਫੀਸ਼ੀਅਲ ਸੀਗੇ। ਐਸੀ ਕਰਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਇਹ ਸਵਾਲ ਪੁੱਛਿਆ ਕਿ ਪੰਜਾਬ ਪੁਲਿਸ ਦੇ ਉਸ ਅਧਿਕਾਰੀ ਨੂੰ ਰਿਟਾਇਰਮੈਂਟ ਤੋਂ ਬਾਅਦ ਐਕਸਟੈਂਸ਼ਨ ਕਿਉਂ ਦਿੱਤਾ ਗਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਹੈ। ਇਹ ਫਟਕਾਰ ਲਾਈ ਹੈ ਲਾਰੈਂਸ ਬਿਸ਼ਨੋਈ ਕੇਸ ਵਿੱਚ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਉਂ ਫਟਕਾਰ ਲਾਈ, ਸਾਰਾ ਕੇਸ ਜਾਣਦੇ ਹਾਂ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਪੰਜਾਬ ਪੁਲਿਸ ਦਾ ਉਹ ਅਧਿਕਾਰੀ ਜਿਹੜਾ ਕਿ CIA ਵਿੱਚ ਤੈਨਾਤ ਸੀ ਅਤੇ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦੌਰਾਨ ਜੇਲ੍ਹ ਵਿੱਚ ਸੀਗਾ, ਉਹਨੂੰ ਰਿਟਾਇਰਮੈਂਟ ਤੋਂ ਬਾਅਦ ਐਕਸਟੈਂਸ਼ਨ ਕਿਉਂ ਦਿੱਤਾ ਗਿਆ। ਤੁਹਾਨੂੰ ਇਹ ਦੱਸ ਦਈਏ ਕਿ ਬਿਸ਼ਨੋਈ ਨੂੰ CIA ਸਟਾਫ ਖਰੜ ਦੇ ਪਰਿਸਰ ਵਿੱਚ ਲੰਬੇ ਸਮੇਂ ਤੱਕ ਰੱਖਿਆ ਗਿਆ ਸੀ। ਉਸਨੂੰ ਉੱਥੇ ਰੱਖਣ ਲਈ ਬਾਰ ਬਾਰ ਰਿਮਾਂਡ 'ਤੇ ਵੀ ਲਿਆ ਗਿਆ ਸੀ। ਇੱਥੇ ਦੇਖਣ ਦੀ ਲੋੜ ਹੈ ਕਿ ਇਹ ਸਭ ਕੁਝ ਕਿਸੇ ਵੱਖ ਕਾਰਨਵਸ਼ ਕੀਤਾ ਗਿਆ ਸੀ ਜਾਂ ਕਾਰਨ ਓਫੀਸ਼ੀਅਲ ਸੀਗੇ। ਐਸੀ ਕਰਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਇਹ ਸਵਾਲ ਪੁੱਛਿਆ ਕਿ ਪੰਜਾਬ ਪੁਲਿਸ ਦੇ ਉਸ ਅਧਿਕਾਰੀ ਨੂੰ ਰਿਟਾਇਰਮੈਂਟ ਤੋਂ ਬਾਅਦ ਐਕਸਟੈਂਸ਼ਨ ਕਿਉਂ ਦਿੱਤਾ ਗਿਆ।